ਵੀਰੇ ਅੱਜ ਆਪਾਂ ਚੁੱਪ ਕੀਤੀ ਪਿੰਡ ਆਇਆ ਡਰੋਲ ਦਾ ਵੱਡਾ ਕੱਪ ਕਰਾਇਆ ਜਾ ਰਿਹਾ ਇੱਥੇ ਅਤੇ ਅੱਜ ਤੁਹਾਡੀ ਉਹ ਸੁਖੜਾ ਜਾਂ ਮੁਲਾਕਾਤ ਕਰਾਵਾਂਗੇ ਜਿਹੜੇ ਵੀਰ ਨੇ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਵੱਡਾ ਨਾਂ ਪ੍ਰਸਿੱਧ ਕੀਤਾ ਤਖਾਣ ਵਾਲਾ ਗਿਆਨੀ ਬੈਠਾ ਸਾਡੇ ਕੋਲ ਜਗਸੀਰ ਸਿੰਘ ਢਿੱਲੋਂ ਨਾਂ ਮੁੰਡੇ ਦਾ ਅਤੇ ਆਪਾਂ ਪੁੱਛਦੇ ਹਾਂ ਬਾਈ ਦਾ ਨਾਂ ਕਿੱਥੋਂ ਪਿਆ ਕਿਵੇਂ ਪਿਆ ਜਗਸੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਹਾਂਜੀ ਵਧੀਆ ਸਭ ਤੋਂ ਪਹਿਲਾਂ ਤਾਂ ਇਹੀ ਦੱਸੀਏ ਵੀ ਗਿਆਨੀ ਤੋਂ ਜਗਸੀਰ ਸਿੰਘ ਕਿਵੇਂ ਨਾਂ ਪਿਆ ਬਈ ਪਹਿਲਾਂ ਖੇਡਦੇ ਹੁੰਦੇ ਸੀ ਹੈ ਨਾ ਆਪਾਂ ਅਤੇ ਪਹਿਲਾਂ ਕੇਸ ਰੱਖੇ ਹੁੰਦੇ ਸੀਗੇ ਅਤੇ ਫਿਰ ਪਹਿਲਾਂ ਖੇਡਦੇ ਜਿਵੇਂ ਪਹਿਲਾਂ ਕੇਸ ਹੀ ਹੁੰਦੇ ਸੀ ਦੋ ਡੇਢ ਦੋ ਕੁ ਸਾਲ ਹੀ ਹੋਏ ਆ ਕੇਸ ਕਟਾਈ ਨੂੰ ਅਤੇ ਫਿਰ ਹੁਣ ਹਜੇ ਵੀ ਨਾਮ ਇਹਨੂੰ ਗਿਆਨੂੰ ਹੀ ਕਹਿੰਦੇ ਆ ਹਾਂਜੀ ਅਤੇ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ 'ਚ ਮੰਮੀ ਡੈਡੀ ਜੀ ਦੋ ਭੈਣਾਂ ਵਾ ਅਤੇ ਉਮਰ ਆਪਣੀ ਇਸ ਟਾਈਮ ਕਿੰਨੀ ਆ ਉਮਰ ਬਈ ਹੋਊਗੀ 24 ਸਾਲ ਜੀ ਅਤੇ ਕ੍ਰਿਕਟ ਦਾ ਸ਼ੌਂਕ ਕਿਵੇਂ ਪਿਆ ਫਿਰ ਆਪਣਾ ਸਕੂਲ ਤੋਂ ਪਿਆ ਜਾਂ ਫਿਰ ਕਿਸੇ ਨੂੰ ਵੇਖ ਕੇ ਪਿਆ ਨਹੀਂ ਨਹੀਂ ਜੀ ਸਕੂਲ ਟਾਈਮ ਤੋਂ ਹੀ ਆ ਪਹਿਲਾਂ ਤੋਂ ਹੀ ਖੇਡਦੇ ਹਾਂ ਆਪਾਂ ਨੂੰ ਹੋ ਗਏ 6-7 ਸਾਲ ਵੱਧ ਹੀ ਹੋ ਗਏ ਹੋਣਗੇ 10-10 ਸਾਲ ਹੋ ਗਏ ਹੋਣਗੇ ਪਹਿਲਾਂ ਪਿੰਡ ਪੁੰਡ ਖੇਡਦੇ ਹੁੰਦੇ ਸੀ ਉਹ ਵੱਡੇ ਮੁੰਡੇ ਪਹਿਲਾਂ ਵਾਲੇ ਖੇਡਦੇ ਹੁੰਦੇ ਪੁਰਾਣੇ ਅਤੇ ਉਹਨਾਂ ਨੂੰ ਖੇਡ ਖੇਡ ਕੇ ਬਸ ਉਦੋਂ ਦੇ ਵੇਖ ਵੇਖ ਕੇ ਉਦੋਂ ਦੀ ਖੇਡਣ ਖੁੱਡਣ ਲੱਗ ਗਏ ਹਾਂ ਫਿਰ ਜਦੋਂ ਤੁਸੀਂ ਸ਼ੁਰੂ ਕੀਤਾ ਖੇਡਣਾ ਫਿਰ ਪਿੰਡ ਵੱਲੋਂ ਕੀਤਾ ਸ਼ੁਰੂ ਹਾਂਜੀ ਹਾਂਜੀ ਪਿੰਡ ਵੱਲੋਂ ਹੀ ਅਤੇ ਹੁਣ ਤਾਂ ਫਿਰ ਟੂਰਨਾਮੈਂਟ ਕਿੰਨੇ ਕੁ ਜਿੱਤ ਚੁੱਕੇ ਹਾਂ ਟੂਰਨਾਮੈਂਟ ਤਾਂ ਬਈ ਬਹੁਤ ਅਣਗਿਣਤੀ ਜਿੱਤੇ ਹੋਏ ਆ ਯਾਰ ਅਤੇ ਹੁਣ ਜਾਣੀ ਕਿ ਘੱਟ ਥੋੜ੍ਹਾ ਜਿਹਾ ਖੇਡਦੇ ਟੀਮ ਆਪਣੀ ਪਿੰਡ ਦੀ ਬਾਹਰੋਂ ਬਾਹਰੋਂ ਖੇਡਦੇ ਹੀ ਦਾ ਆਪਾਂ ਵਧੀਆ ਅਤੇ ਪਿੰਡ ਦੀ ਟੀਮ ਆਪਣੀ ਘੱਟ ਖੇਡਦੀ ਆ ਜਾਣੀ ਕਿ ਨੇੜੇ ਤੇੜੇ ਤਾਂ ਖੇਡਦੇ ਹੀ ਖੇਡਦੇ ਹਾਂ ਜਗਰਾਉਂ ਏਰੀਆ ਵੀ ਅਸੀਂ ਸਾਰਾ ਖੇਡਦੇ ਹੀ ਹਾਂ ਮੰਨ ਕੇ ਬਾਹਲਾ ਦੂਰ ਨਹੀਂ ਖੇਡਦੇ ਜਾਣੀ ਕਿ ਅਤੇ ਬਾਹਰੋਂ ਹੁਣ ਤਾਂ ਫਿਰ ਕਿੰਨੀਆਂ ਕੁ ਟੀਮਾਂ 'ਚ ਖੇਡ ਚੁੱਕੇ ਹਾਂ ਬਾਹਰੋਂ ਬਈ ਵਾਧੂ ਖੇਡਦੇ ਆ ਯਾਰ ਅਤੇ ਜ਼ਿਆਦਾਤਰ ਕਿਹੜੀ ਟੀਮ 'ਚ ਖੇਡੇ ਹਾਂ ਜ਼ਿਆਦਾਤਰ ਬਈ ਸਲੇਮਪੁਰਾ ਹੋ ਗਈ ਇੱਕ ਉੱਧਰੋਂ ਆਪਣੇ ਗਗਨੇ ਉਹਨਾਂ ਦੀ ਪਿੰਡ ਅਤੇ ਉੱਧਰਲੀਆਂ ਟੀਮਾਂ ਹੀ ਆਪਣੇ ਹੈਗੀਆਂ ਵਾ ਮਸੀਹਾਂ ਭਾਈ ਕੇ ਵੀ ਹੈਗੇ ਧਰਮਕੋਟ 'ਚ ਵੀ ਮੈਂ ਖੇਡਦਾ ਰਿਹਾ ਵਾ ਹਾਂਜੀ ਹਾਂਜੀ ਹੋਰ ਕਿਹੜੀਆਂ ਟੀਮਾਂ 'ਚ ਖੇਡਦੇ ਟੀਮਾਂ ਬਈ ਆਪਾਂ ਕੌਂਕੀ ਹੋ ਗਈ ਇੱਕ ਤਾਂ ਪੱਕੀ ਆ ਅਤੇ ਇੱਕ ਸਲੇਮਪੁਰਾ ਸਿੱਧਵਾਂ ਬੇਟ ਹੁੰਦੀ ਸੀ ਜਾਣੀ ਕਿ ਅਤੇ ਮਸੀਹਾਂ ਭਾਈ ਕੇ ਹੋ ਗਈ ਬਾਕੀ ਧਰਮਕੋਟ ਹੋ ਗਈ ਇੱਕ ਅਤੇ ਬਾਕੀ ਤਾਂ ਪਰ ਖੇਡਦੇ ਹੀ ਆ ਜਿਹਦਾ ਖੂਨ ਅਜੇ ਖੇਡ ਹੀ ਲਈਦਾ ਵਾ ਹੁਣ ਤਾਂ ਫਿਰ ਕਿੰਨੀਆਂ ਕੁ ਸੀਰੀਆਂ 'ਚ ਚੁੱਕੇ ਆ ਸੀਰੀਜ਼ ਬਈ ਵਾਧੂ ਜਿੱਤੀਆਂ ਹੋਇਆ ਯਾਰ ਹੁਣ ਆਪਣਾ ਥੋੜ੍ਹਾ ਜਿਹਾ ਘਟਿਆ ਹੋਇਆ ਜਾਣੀ ਕਿ ਬਾਹਲਾ ਨਹੀਂ ਖੇਡਦੇ ਗੇ ਉਸ ਹਿਸਾਬ ਨਾਲ ਅਤੇ ਪਹਿਲਾਂ ਤਾਂ ਆਪਾਂ ਬਹੁਤ ਕੁਛ ਜਿੱਤੇ ਹੋਏ ਹਾਂ ਮੋਬਾਈਲ ਫੋਨ ਜਿੱਤੇ ਹੋਏ ਆ 10-12 ਅਤੇ ਉੱਦਾਂ ਸੀਰੀਜ਼ ਹੋ ਗਈ ਕੂਲਰ ਕਾਲਰ ਹੋ ਗਏ ਪੱਖੇ ਹੋ ਗਏ ਅਤੇ ਉਹ ਹਾਂਜੀ ਪਹਿਲਾਂ ਅਤੇ ਪਿੰਡ ਦੇ ਵਿੱਚ ਫਿਰ ਟੂਰਨਾਮੈਂਟ ਵੀ ਕਰਾਉਣੇ ਤੁਸੀਂ ਹੈ ਨਾ ਹਾਂਜੀ ਹਾਂਜੀ ਟੂਰਨਾਮੈਂਟ ਵੀ ਕਰਾਉਂਦੇ ਹਾਂ ਹੁਣ ਕਰਾਵਾਂਗੇ ਅਗਲੇ ਮਹੀਨੇ ਕਿੰਨੇ ਕੁ ਟੂਰਨਾਮੈਂਟ ਹੁਣ ਤੱਕ ਕਰਾ ਚੁੱਕੇ ਹਾਂ ਟੂਰਨਾਮੈਂਟ ਤਾਂ ਬਈ ਆਪਾਂ ਪਹਿਲਾਂ ਤਾਂ ਹੁੰਦੇ ਤਾਂ ਆਪਣੇ 3 ਕੁ ਸਾਲ ਦਾ ਗਿਆ ਪਿਆ ਵਾ ਉਦੋਂ ਵਿੱਚੋਂ ਅਤੇ ਹੁਣ ਤਾਂ ਜਾਣੀ ਕਿ ਦੂਰੀ ਵਾਰ ਕਰਾਉਣ ਲੱਗ ਗਏ ਬਾਕੀ ਪਹਿਲਾਂ ਮੁੰਡੇ ਆਪਣੇ ਸਾਰੇ ਬਾਹਰ ਉੱਠ ਗਏ ਸੀਗੇ ਨਾ ਅਤੇ ਹੁਣ ਹਾਂ ਅੰਡਰ ਦਾ ਕਰਾਉਂਦੇ ਆ ਅੰਡਰ ਦਾ ਵੀ ਹੁਣ ਹੋਊਗਾ ਐਤਕੀ ਅਤੇ ਪਿੰਡ ਦੇ ਵਿੱਚ ਹੋਰ ਕਿਹੜੇ ਕਿਹੜੇ ਖੇਡਦੇ ਹੁਣ ਇਸ ਟਾਈਮ ਟੀਮ 'ਚ ਪਿੰਡ 'ਚ ਬਈ ਸਾਰੇ ਜਵਾਕ ਹੀ ਆ ਨਾਲ ਦੇਖਦੇ ਹੀ ਆ ਤੁਸੀਂ ਬਿੰਦਰ ਹੋ ਗਿਆ ਬਿੰਦਰ ਖੇਡਦਾ ਮੇਰੇ ਨਾਲ ਪਹਿਲਾਂ ਤੋਂ ਬਾਕੀ ਸਾਰੇ ਜਾਣੇ ਬਾਹਰ ਬੂਹਰ ਉੱਠ ਗਏ ਅਤੇ ਜਾਂ ਖੇਡਣੋਂ ਹਟ ਗਏ ਅਤੇ ਬਾਕੀ ਹੁਣ ਸਾਰੇ ਜਵਾਕ ਆ ਨਵੇਂ ਇਹਨਾਂ ਦਾ ਇੱਕ ਫੌਜੀ ਹੋ ਗਿਆ ਇੱਕ ਦੀਪ ਹੋ ਗਿਆ ਵੀਰੀ ਹੋਣੀ ਹੋ ਗਏ ਅਤੇ ਬਸ ਬਾਕੀ ਤਾਂ ਹੁਣ ਜਿਹੜੇ 6-7 ਜਣੇ ਹੁੰਦੇ ਆ ਯਾਰ ਬਾਕੀ ਤਾਂ ਉਹ ਲੈ ਆਈਦੇ ਆ ਫੜ ਕੇ ਬੰਦੇ ਪੂਰੇ ਕਰਨ ਨੂੰ ਜਿੱਥੇ ਹੁਣ ਹੁੰਦਾ ਹੀ ਆ ਬਈ 9 ਪਲੇਅਰ ਖੇਡਣੇ ਆ ਉੱਥੇ ਫਿਰ ਇਹੋ ਜਿਹੇ ਲਿਆਉਣੇ ਪੈਂਦੇ ਆ ਬਾਕੀ ਚਾਹ ਹੈ ਨਹੀਂ ਯਾਰ ਖੇਡਣ ਦਾ ਕਿਸੇ ਨੂੰ ਪਿੰਡ 'ਚ ਚਲੋ ਫਿਰ ਵੀ ਯਾਰ ਵਧੀਆ ਤੁਸੀਂ ਜੁੜੇ ਦਾ ਗਰਾਊਂਡਾਂ ਨਾਲ ਹਾਂਜੀ ਹਾਂਜੀ ਇਹ ਤਾਂ ਹੈ ਜੀ ਉਹ ਆਪਣੇ ਪਿੰਡ 'ਚ ਹੈ ਕ੍ਰਿਕਟ ਨੂੰ ਊਂ ਵੀ ਪਿਆਰ ਪਿਓਰ ਘੱਟ ਹੀ ਕਰਦੇ ਆ ਯਾਰ ਸਾਥ ਦੂਈਆਂ ਆ ਟੀਮਾਂ ਠੀਕ ਹੈ ਹਾਂਜੀ ਹਾਂਜੀ ਫਿਰ ਵੀ ਯਾਰ ਨਾਂ ਤੇਰਾ ਹੈਗਾ ਪੂਰਾ ਚੱਲਦਾ ਇਸ ਟਾਈਮ ਹੈ ਨਾ ਅਤੇ ਕਦੇ ਇੱਛਾ ਨਹੀਂ ਹੋਈ ਯਾਰ ਕੋਈ ਵੱਡੇ ਲੈਵਲ 'ਚ ਖੇਡੀਏ ਜਿਵੇਂ ਇੰਡੀਆ ਟੀਮ ਦੇ ਵਿੱਚ ਚਲੋ ਰਣਜੀ ਟਰੋਫੀ ਦੇ ਵਿੱਚ ਲੈਦਰ ਖੇਡਦੇ ਕਿਹੜੀ ਕਦੇ ਲੈਦਰ ਬਾਈ ਖੇਡਦੇ ਹਾਂ ਆਪਾਂ ਉੱਦਾਂ ਉਹ ਸਿੱਧਵਾਂ ਬੇਟ ਵਾਲੇ ਮੁੰਡੇ ਖੇਡਦੇ ਹੁੰਦੇ ਆ ਐਤਵਾਰ ਨੂੰ ਉਹਨਾਂ ਨਾਲ ਮੈਚ ਲਵਾਉਣ ਉੱਠ ਜਾਈਦਾ ਉੱਦਾਂ ਨਹੀਂ ਖੇਡਦੇ ਗੇ ਨਹੀਂ ਉੱਦਾਂ ਕਾਸ ਕੋਈ ਖੇਡਦੇ ਵਾਲਾ ਹੈ ਉੱਦਾਂ ਕਾਸ ਕੋਈ ਅਤੇ ਜੇ ਗੱਲ ਕਰੀਏ ਹੁਣ ਚਲੋ ਆਪਾਂ ਟੂਰਨਾਮੈਂਟ ਕਮੇਟੀਆਂ ਦੀ ਕਈ ਗੱਲ ਕਰਦੇ ਹਾਂ ਕਈ ਕਮੇਟੀਆਂ ਧੱਕਾ ਕਰ ਦਿੰਦੀਆਂ ਹੈ ਨਾ ਧੱਕਾ ਕਿਵੇਂ ਕਰਦੀਆਂ ਨੇ ਕੋਈ ਤਾਂ ਸਿਹੜੀਆਂ ਪਾ ਕੇ ਸਿੱਧੀਆਂ ਪਕਾਈਆਂ ਪਾ ਦਿੰਦੀਆਂ ਵਾ ਜਾਂ ਹੁਣ ਕਈ ਇਹੋ ਜਿਹੇ ਇਲਾਕੇ ਹੈਗੇ ਚਲੋ ਮੈਂ ਨਾਂ ਨਹੀਂ ਦਿੰਦਾ ਸਿੱਧੇ ਫਾਈਨਲ ਖੇਡ ਜਾਂਦੇ ਆ ਉੱਥੇ ਥੋੜ੍ਹਾ ਕੀ ਕਹਿਣਾ ਉੱਥੇ ਤਾਂ ਬਈ ਐਂ ਆ ਯਾਰ ਐਡਾ ਧੱਕਾ ਬਈ ਬਾਕੀ ਟੀਮਾਂ ਇੰਨੀ ਦੂਰੋਂ ਚੱਲ ਕੇ ਜਾਂਦੀਆਂ ਵਾ ਅਤੇ ਉਹ ਇਹੋ ਜਿਹਾ ਕੁਛ ਨਹੀਂ ਕਰਨਾ ਚਾਹੀਦਾ ਵਾ ਟੀਮਾਂ ਨੂੰ ਆਪਦਾ ਦੇਖਣਾ ਚਾਹੀਦਾ ਵਾ ਉਹਨਾਂ ਜਿਹੜਾ ਹੁੰਦਾ ਐਂ ਹੁੰਦਾ ਯਾਰ ਜਿਹੜੇ ਆਪ ਬਾਹਰ ਜਾਂਦੇ ਆ ਖੇਡਣ ਉਹਨਾਂ ਨੂੰ ਹੀ ਪਤਾ ਹੁੰਦਾ ਜਿਨ੍ਹਾਂ ਨੇ ਹੁਣ ਪਿੰਡ ਹੀ ਖੇਡਣਾ ਵਾ ਇਕੱਲਾ ਟੂਰਨਾਮੈਂਟ ਕਰਾ ਦੇਣਾ ਉਹੀ ਟੀਮ ਇਹੋ ਜਿਹਾ ਕੁਛ ਕਰ ਦੇਣਾ ਵਾ ਅਤੇ ਜਾਲੀ ਪਰੂਫ ਵਾਲੇ ਵੀ ਫਾਲੇ ਖੇਡਦੇ ਆ ਹੈ ਨਾ ਉਹਦਾ ਕੀ ਕਹਿਣਾ ਚਾਹੋਗੇ ਜਾਲੀ ਬਈ ਹੁਣ ਚੱਲੀ ਜਾਂਦਾ ਯਾਰ ਬਣਾ ਬਣਾ ਕੇ ਹਾਂ ਅੰਡਰ 'ਚ ਤਾਂ ਫਿਰ ਹੈਗਾ ਹੀ ਆ ਹੁਣ ਤਾਂ ਪਰੂਫ ਬਣ ਹੀ ਜਾਂਦੇ ਆ ਤਕਰੀਬਨ ਸਾਰੇ ਕੋਈ ਪਰੂਫ ਹੀ ਹੁੰਦਾ ਵੀ ਜਿਹੜਾ ਨਹੀਂ ਬਣਦਾ ਗਾ ਜਿਵੇਂ ਪਾਸਪੋਰਟ ਹੋ ਗਿਆ ਅਤੇ ਉਵੇਂ ਬਣ ਬੁਣ ਕੇ ਬਾਅਦ ਖੇਡੀ ਜਾਂਦੇ ਆ ਜਿਹਨੇ ਖੇਡਣਾ ਮਾੜੀ ਗੱਲ ਚੰਗੀ ਗੱਲ ਮਾੜੀ ਗੱਲ ਹੀ ਹੈ ਤਾਂ ਉੱਪਣੇ ਖੇਡਣਾ ਚਾਹੀਦਾ ਯਾਰ ਵੱਧ ਤਾਂ
ਤੂੰ ਤਾਂ ਨਹੀਂ ਖੇਡੇ ਕਦੇ? ਨਹੀਂ, ਪਹਿਲਾਂ ਖੇਡਦੇ ਰਹੇ ਆ ਯਾਰ, ਜਦੋਂ ਸਾਰੇ ਖੇਡਦੇ ਹੁੰਦੇ ਸੀ। ਹਾਂ, ਉਦੋਂ ਹਜੇ ਖੇਡਣ ਲੱਗੇ ਹੁੰਦੇ ਸੀਗੇ, ਹੁਣ ਤਾਂ ਆਪਾਂ ਕਦੇ ਖੇਡੇ ਨੀਗੇ, 3-4 ਸਾਲ ਹੀ ਹੋ ਗਏ, ਹੁਣ ਤਾਂ ਬੰਦ ਹੀ ਆ ਜਿਵੇਂ। ਤੇ ਘਰ ਦੇ ਕਦੇ ਫਿਰ ਡੱਕਦੇ ਨਹੀਂ ਵੀ ਯਾਰ ਸਾਡਾ ਮੁੰਡਾ ਯਾਰ ਖੇਡਣ ਚੱਲ ਜਾਂਦਾ ਐਵੇਂ ਵਿਹਲਾ ਤੁਰਿਆ ਫਿਰਦਾ, ਕਿਹੋ ਜਿਹੀ ਗੱਲ ਨਹੀਂ ਕਰਦੇ ਕਦੇ? ਨਹੀਂ ਨਹੀਂ ਜੀ, ਆਪਾਂ ਨੂੰ ਘਰੋਂ ਸਪੋਰਟ ਆ, ਕਦੇ ਹਨੇਰਾ ਹੋ ਜਾਂਦਾ ਉਦੋਂ ਜ਼ਰੂਰ ਬੋਲਦੇ ਆ, ਉੱਦਾਂ ਨਹੀਂ। ਉਧਰੋਂ ਮੰਮੀ ਡੈਡੀ ਨਹੀਂ ਬੋਲਦੇ ਫਿਰ? ਨਹੀਂ ਨਹੀਂ ਕੁਛ ਨਹੀਂ ਬੋਲਦੇ, ਉਹਨਾਂ ਨੂੰ ਪੂਰੀ ਸਪੋਰਟ ਆ ਆਪਣਾ ਨੂੰ ਯਾਰ ਉਹਨਾਂ ਦੀ, ਤੇ ਬਸ ਯਕੀਨ ਆ ਬਈ ਹਾਂ ਬਈ ਮੁੰਡਾ ਖੇਡਦਾ ਵਧੀਆ, ਤੇ ਜੋ ਜਿੱਤ ਜੁੱਤ ਕੇ ਘਰੇ ਜਾਂਦੇ ਆ ਫਿਰ ਉਦੋਂ ਹੁੰਦਾ ਹੀ ਆ ਮਾੜਾ ਮੋਟਾ ਤਾਂ। ਕਿੰਨੇ ਕੁ ਨਾਮ ਨੂੰ ਜਿੱਤੇ ਹੁੰਦੇ ਫਿਰ? ਨਾਮ ਤਾਂ ਬਈ ਜਿੱਤੇ ਆ ਯਾਰ, ਵਾਹਵਾ ਹੀ ਪਏ ਆ ਘਰੇ, ਹੁਣ ਜਿੱਤੇ ਵੀ ਆ ਬਹੁਤ ਟਾਈਮ ਦੇ ਨਾਮ ਤਾਂ। ਤੇ ਜਗਸੀਰ ਵੀਰੇ ਫਿਰ ਕੋਈ ਅੱਜ ਤੱਕ ਤੁਹਾਡੇ ਨਾਲ ਵੀ ਧੱਕਾ ਹੋਇਆ ਕਦੇ? ਧੱਕਾ ਤਾਂ ਬਾਈ ਵਾਧੂ ਹੋਇਆ ਯਾਰ, ਜਦੋਂ ਖੇਡਣ ਜਾਂਦੇ ਹਾਂ, ਬਾਕੀ ਤਾਂ ਆਪਾਂ ਨੂੰ ਜਵਾਕ ਹੀ ਆ ਸਾਰੇ, ਦੇਖ ਕੇ ਜਵਾਕ ਦੇਖ ਕੇ ਹੀ ਧੱਕਾ ਹੁੰਦਾ ਵਾ, ਪਹਿਲਾਂ ਤਾਂ ਆਪਣੇ 'ਚ ਕੋਈ ਵੱਡਾ ਪਰੇ ਹੈ ਨੀਗਾ ਪੁਰਾਣਾ, ਤੇ ਸਾਰੇ ਜਵਾਕ ਹੀ ਆ, ਜਿੰਨੇ ਅਸੀਂ 6-7 ਜਣੇ ਹੁੰਦੇ ਹਾਂ ਜਾਂਦੇ ਹਾਂ ਹਰੇਕ ਥਾਂ, ਤੇ 3-4 ਵਜੇ ਤਾਂ ਸਾਡੇ ਨਾਲ ਸਹਿਮੀ ਜੀ ਹੋ ਗਿਆ ਕਿੱਥੇ ਟੀਮ ਕਟੂਮ ਕੱਟਦੀ। ਜੇ ਇੱਕ ਸਾਡੇ ਨਾਲ ਆਹ ਹੁੰਦਾ ਵਾ, ਸਾਡੇ ਨਾ ਜਦੋਂ ਜਾਂਦੇ ਹਾਂ ਬਾਹਰ, ਪਿੰਡ ਵਾਲੇ ਆਪਦੇ ਟੀਮ ਨਾਲ ਜਿਹੜੀ ਕਮੇਟੀ ਹੁੰਦੀ ਆ ਉਹਦੇ ਨਾਲ ਸਾਡਾ ਮੈਚ ਆ ਜਾਂਦਾ, ਅਤੇ ਅਸੀਂ ਉਹਨਾਂ ਨੂੰ ਹਰਾ ਦੇਣਾ ਹੁੰਦਾ, ਤੇ ਉੱਥੇ ਬਾਅਦ 'ਚ ਫਿਰ ਬਹੁਤ ਵਾਧੂ ਰੌਲਾ ਪੈਂਦਾ ਸਾਡੇ ਨਾਲ, ਜਾਂ ਬਾਹਰ ਲੇਟੇ ਫੀਲਡਰ ਖੜੇ ਹੁੰਦੇ ਆ ਵੀ ਉਹਨਾਂ ਦੇ ਪ੍ਰੂਫ ਚੈੱਕ ਕਰਾਓ, ਤੇ ਬਸ ਇਹੋ ਜਿਹਾ ਕੁਛ ਹੀ ਹੁੰਦਾ ਹੁੰਦਾ ਬਾਅਦ 'ਚ। ਕਿਹੜੇ ਪਿੰਡ ਦੀ ਗੱਲ ਹੈ ਦੱਸੋ, ਇੱਕ ਪਿੰਡ ਦਾ ਨਾਮ ਦੱਸੋ, ਕੋਈ ਚੱਕਰ ਨਹੀਂ। ਇਹ ਬਈ ਸਾਡੇ ਨਾਲ ਹੋਇਆ ਸੀਗਾ ਲੀਹਾਂ, ਹਾਂਜੀ। ਤੇ ਉੱਥੇ ਹੋਇਆ ਕੀ ਸੀ, ਐਕਚੁਅਲ ਕਾਰਨ ਕੀ ਬਣਿਆ ਸੀ, ਚਲੋ ਸਾਰਿਆਂ ਨੂੰ ਪਤਾ ਲੱਗੇ ਹਨਾ? ਉੱਥੇ ਬਈ ਸਾਡਾ ਅਸੀਂ ਸੈਮੀ 'ਚ ਸੀਗੇ ਯਾਰ, ਸਾਡੇ ਹੈਪੀ ਗੋਲੀਆ ਖੇਡਦਾ, ਇੱਕ ਸਮਾਧ ਦਾ ਮੁੰਡਾ ਖੇਡਦਾ ਸੀ ਸ਼ੰਭੂ, ਤੇ ਉਹ ਗਾਂ ਰਵੀ ਤੇ ਧੁਨਾ ਖੇਡਦੇ ਸੀਗੇ ਕਮੇਟੀ 'ਚ। ਠੀਕ ਆ, ਚੱਲ ਉਹ ਰਵੀ ਹੋਣੀ, ਰਵੀ ਤੇ ਧੁਨਾ ਦਾ ਆਪਣੇ ਅੱਡੀ ਪਾਸੇ ਹੀ ਹੋ ਗਏ ਬਈ, ਉਹ ਕਹਿੰਦੇ ਬਈ ਜਿੱਤ ਗਏ ਇਹ, ਤੇ ਉਹ ਜਿਹੜੀ ਕਮੇਟੀ ਸੀਗੀ ਲੀਹਾਂ ਦੀ, ਤੇ ਉਹਨਾਂ ਨੇ ਅਸੀਂ ਉਹ ਹਰਾ ਤੇ, ਉਹਨਾਂ ਤੋਂ ਰਨ 30 ਕੀ ਬਣੇ ਸੀਗੇ, 4 ਓਵਰ, ਉਹ ਅਸੀਂ ਜਿੱਤ ਗਏ ਸੀ ਆਰਾਮ ਨਾਲ ਹੀ ਮੈਚ, ਤੇ ਉਹ ਕਹਿੰਦੇ ਵੀ ਪ੍ਰੂਫ ਦਿਖਾਓ, ਅਸੀਂ ਪ੍ਰੂਫ ਸਾਰਿਆਂ ਦੇ ਚੈੱਕ ਕਰਾ ਤੇ, ਜਿਹੜੇ ਖੇਡਦੇ ਸੀ ਜਿਹੜੇ ਫੀਲਡਰ ਸੀ ਉਹਨਾਂ ਦੀ ਪ੍ਰੂਫ ਮੰਗਦੇ ਸੀ ਬਾਅਦ 'ਚ। ਫੀਲਡਰ ਬਾਸੋਂ ਨਹੀਂ ਖੇਡਦੇ? ਫੀਲਡਰ ਬਾਹਰਲੇ ਖੜਾਏ ਵੀ ਯਾਰ, ਹੁਣ ਬੰਦੇ ਤੁਹਾਨੂੰ ਦੱਸਿਆ 6-7 ਜਣੇ ਹੁੰਦੇ ਆ, 2 ਬਾਹਰਲੇ ਹੋ ਜਾਂਦੇ ਆ, 8 ਜਣੇ ਹੁੰਦੇ ਆ ਵਾਧੂ, ਬਾਕੀ ਫੀਲਡਰ ਹੀ ਖੜਾਉਣੇ ਹੁੰਦੇ ਆ। ਕੋਈ ਉੱਥੇ ਕਮੈਂਟਰ ਨਹੀਂ ਬੋਲਿਆ ਜਾਂ ਕਮੇਟੀ ਪਹਿਲਾਂ ਨਹੀਂ ਕਿਹਾ ਵੀ ਤੁਸੀਂ ਪ੍ਰੂਫ ਪਹਿਲਾਂ ਚੈੱਕ ਕਰਾਓ ਮੈਚ ਸ਼ੁਰੂ ਹੋਣ ਤੋਂ ਪਹਿਲਾਂ? ਕਮੈਂਟਰ ਬਾਈ ਯਾਰ, ਕਮੈਂਟਰ ਸੀਗੇ, ਕਮੈਂਟਰ ਬੋਲੇ ਵੀ ਸੀਗੇ ਯਾਰ, ਪਰ ਉਹ ਮੈਚ ਲਾਸਟ ਵਾਲਾ ਸੀਗਾ ਸਾਡਾ, ਉਹ ਦਿਨ ਦਾ ਪੂਲ ਕਲੀਅਰ ਮੈਚ ਹੀ ਸੀਗਾ, ਉੱਥੇ ਬੰਦੇ ਥੋੜ੍ਹੀ ਰਹਿ ਗਏ ਸੀਗੇ, ਯਾਨੀ ਕਿ ਪਿੰਡ ਦਿਆਂ ਨੇ ਉਹਨਾਂ ਨੇ ਸਾਡਾ ਸਾਥ ਤਾਂ ਦਿੱਤਾ, ਤੇ ਫਿਰ ਉਹਨਾਂ ਨੇ ਚੱਲ ਸਾਨੂੰ ਜੇਤੂ ਕਰਾਰ ਦਿੱਤਾ ਸੀਗਾ। ਹਾਂਜੀ ਹਾਂਜੀ, ਜੇਤੂ ਕਰਾਰ ਦਿੱਤਾ, ਮਤਲਬ ਕਹਿਣ ਦਾ ਬਾਅਦ 'ਚ ਸੈੱਟ ਹੋ ਗਿਆ ਕੰਮ? ਬਾਅਦ 'ਚ ਸੈੱਟ ਹੋ ਗਿਆ ਸੀਗਾ ਕੰਮ। ਤੇ ਫਿਰ ਥੋੜਾ ਪਸੰਦੀਦਾ ਖਿਡਾਰੀ ਦੇ ਗੱਲ ਕਰੀਏ ਤਾਂ, ਪੰਜਾਬ ਦੀ ਖਾਸ ਕੁਝ ਕਿਹੜਾ ਪਸੰਦੀਦਾ ਖਿਡਾਰੀ? ਵੀਰੇ ਹੋ ਗਿਆ ਰਵੀ ਨੂਰ ਪਰਵੇਟ, ਤੇ ਇੱਕ ਹੋ ਗਿਆ ਸੁੱਖਾ ਬਘੇਲਾ, ਗੋਪੀ ਮੰਡ। ਤੇ ਬਾਲਰ ਦੀ ਗੱਲ ਕਰੀਏ ਫਿਰ, ਬਾਲਰ ਕਿਹੜਾ ਪਸੰਦੀਦਾ? ਬਾਲਰ ਬਾਈ ਬਲੇਕੀ ਪੁੱਛੋ, ਪਸੰਦੀਦਾ ਪੂਰਾ, ਉਹ ਵਧੀਆ ਐਕਸ਼ਨ ਉਕਸ਼ਨ ਕਰਦਾ, ਮਨੋਰੰਜਨ ਕਰਦਾ ਬੰਦਿਆਂ ਦਾ। ਠੀਕ ਹੈ, ਠੀਕ ਹੈ। ਤੇ ਜੇ ਹੁਣ ਅੰਪਾਇਰਿੰਗ ਦੀ ਕਹੀ, ਅੰਪਾਇਰਾਂ ਦੇ ਵੀ ਸਵਾਲ ਉੱਠਦੇ ਹੁੰਦੇ ਹਨਾ, ਗਲਤ ਫੈਸਲਾ ਹੋ ਜਾਂਦਾ ਕਈ ਵਾਰੀ, ਉੱਥੇ ਫਿਰ ਕੀ ਕਰਨਾ ਚਾਹੀਦਾ? ਜਾਂ ਤਾਂ ਚੈਕਿੰਗ ਕਰਾਉਣੀ ਚਾਹੀਦੀ ਹੈ, ਲਾਈਵ ਚੱਲਦਾ ਹੁੰਦਾ, ਕਈ ਵਾਰੀ ਚੈੱਕ ਨਹੀਂ ਕਰਦੇ ਅੰਪਾਇਰ ਤੇ ਧੱਕਾ ਹੋ ਜਾਂਦਾ ਟੀਮਾਂ ਨਾਲ? ਸਾਡੇ ਨਾਲ ਹੀ ਬਈ ਵਾਧੂ ਵਾਰੀ ਹੋਇਆ ਵਾ, ਸਾਡੇ ਨਾਲ 2-3 ਵਾਰੀ ਸਹਿਮੀ 'ਚ ਹੀ ਹੋ ਗਿਆ, ਮੈਨੂੰ ਇੱਕ ਥਾਂ ਰਨ ਆਊਟ ਦਿੱਤਾ ਸੀਗਾ ਅਸੀਂ, ਤੇ ਉਹ ਆਉਣ ਜਾ ਲਿਆ ਯਾਰ, ਅਸੀਂ ਮੰਨਦੇ ਹਾਂ ਨਾ ਕਮੇਟੀ ਦਾ, ਅੰਪਾਇਰ ਖੜੇ ਹੁੰਦੇ ਆ, ਅੰਪਾਇਰਾਂ ਨੂੰ ਮੌਕੇ ਤੇ ਡਿਸੀਜਨ ਦਿੱਤਾ ਜਾਂਦਾ, ਉਹ ਉਹਨਾਂ ਦੀ ਵੀ ਨਹੀਂ ਗਲਤੀ ਹੁੰਦੀ, ਪਰ ਫਿਰ ਲਾਈਵ ਕਾਹਦੇ ਵਾਸਤੇ ਚਲਾਇਆ ਹੁੰਦਾ ਆਪਣਾ, ਲਾਈਵ 'ਚ ਕਹਿੰਦੇ ਆ ਵੀ ਚੈੱਕ ਕਰ ਲਓ, ਉਹ ਵੀ ਨਹੀਂ ਟੀਮਾਂ ਚੈੱਕ ਕਰਦੇ, ਬਸ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਵਾ। ਅੱਜ ਚੁੱਪ ਕੀਤੀ ਖੇਡਣ ਆਏ ਆ, ਵਧੀਆ ਲੱਗਾ ਤੁਹਾਨੂੰ ਖੇਡ ਕੇ? ਹਾਂਜੀ ਹਾਂਜੀ, ਵਧੀਆ ਵਧੀਆ, ਕੱਪ ਚੱਲੀ ਜਾਂਦਾ ਨਰੋਲ ਦਾ, ਵਧੀਆ ਪੂਰਾ। ਨਰੋਲ ਦੇ ਕੱਪ ਹੋਣੇ ਚਾਹੀਦੇ ਆ? ਨਰੋਲ ਦੇ ਹੋਣੇ ਚਾਹੀਦੇ ਆ ਬਾਈ, ਵੱਧ ਤੋਂ ਵੱਧ ਯਾਰ, ਜਿੰਨੇ ਬਾਹਰੋਂ ਤਾਂ ਹੁਣ ਬੰਦੇ ਪਹਿਲਾਂ ਆਉਂਦੇ ਆ, ਸਾਡਾ ਆਪਦੇ ਨਾਲ ਹੀ ਬੰਦੇ ਨੂੰ 2-2 ਹਜ਼ਾਰ ਰੁਪਇਆ ਦੇਣਾ ਪੈਂਦਾ ਵਾ, ਉਹ ਹੁਣ ਇਕੱਠੇ ਕਰਕੇ ਦੇਣੇ ਹੁੰਦੇ ਆ, ਆਪਾਂ ਨੂੰ ਕਿਹੜਾ ਕਿਸੇ ਦੀ ਹੋਰ ਦੀ ਸਪੋਰਟ ਆ, ਬਾਹਰਲੇ ਪਿੰਡ ਤੋਂ ਬਾਹਰ ਆ ਜਿਹੜੇ ਬੰਦੇ ਉਹਨਾਂ ਦੀ ਵੀ ਸਾਨੂੰ ਤਾਂ ਬੜੀ ਸਪੋਰਟ ਗਈ ਯਾਰ, ਤੇ ਹੁਣ ਆਪ ਨੂੰ ਦੇਣੇ ਪੈਂਦੇ ਆ, ਜਿਹੜਾ 2-2, 4-4 ਸੌ ਹੁੰਦਾ ਵਾ ਇਕੱਠੇ ਕਰਕੇ, ਜਿੰਨੇ ਜਾਣੇ 5-6 ਜਣੇ। ਸਹੀ ਗੱਲ ਹੈ, ਟੀਮਾਂ ਮਾੜੀਆਂ ਟੀਮਾਂ ਤਾਂ ਜਦੋਂ ਜਿਹੜੀਆਂ ਆਪਾਂ ਕਹਿੰਦੇ ਮਾੜਾ ਪੱਖੋਂ ਦੀਆਂ ਟੀਮਾਂ ਨਾ, ਆਰਥਿਕ ਪੱਖੋਂ ਮਾੜੀਆਂ ਵਾ, ਤੇ ਉਹ ਤਾਂ ਬਹੁਤ ਥਾਵਾਂ ਦੇ ਐਂਟਰੀ ਕਰਾਉਂਦੀਆਂ ਨੇ ਇਸ ਗੱਲ ਕਰਕੇ। ਹਾਂ ਬਈ, ਅਸੀਂ ਆਪ ਹੀ ਇਹ ਹੋ ਗਏ, ਅਸੀਂ ਆਪ ਹੀ ਨਹੀਂ ਜਾਂਦੇ ਕਿਤੇ, ਤਾਂ ਹੀ ਨਹੀਂ ਜਾਂਦੇ ਗੇ, ਹੁਣ ਬਾਹਰੋਂ ਆਉਂਦੇ ਆ ਪਲੇਅਰ, ਹਰੇਕ ਨੂੰ ਯਾਰ 2-2,500 ਤਾਂ ਦੇਣਾ ਹੀ ਪੈਂਦਾ ਵਾ, ਤੇ ਜੇ ਕਿਸੇ ਨੂੰ ਘੱਟ ਦਿੰਦੇ ਆ ਬੰਦਾ ਫਿਰ ਕਹਿ ਵੀ ਦਿੰਦਾ ਵਾ ਬਈ ਇੰਨੇ, ਇਹਨਾਂ ਨੇ ਇੰਨੇ ਪਲੇਅਰ ਉੱਤੇ ਗਾਹ ਨੂੰ ਆਪਾਂ ਜਾਣਾ ਨਹੀਂ, ਹਟਣਾ ਹੁੰਦਾ ਵੀ ਆ, ਵਾਧੂ ਵੀ ਹੋਇਆ ਵਾ ਇਹੋ ਜਿਹਾ ਕੁਛ, ਤੇ ਫਿਰ ਅਸੀਂ ਖਿਡਾਉਣੇ ਵੀ, ਪਰ ਅਸੀਂ ਬਾਹਲੇ ਪਲੇਅਰ ਜਿਹਨਾਂ ਨਾਲ ਆਪਣੀ ਬਣਦੀ ਆ ਉਹੀ ਖਿਡਾਉਣੇ ਹੁੰਦੇ ਆ ਅਸੀਂ। ਤੇ ਹੁਣ ਤਾਂ ਮਾਨ ਸਨਮਾਨਾਂ ਦੀ ਗੱਲ ਕਰੀਏ, ਕਿੰਨੇ ਕੁ ਮਾਨ ਸਨਮਾਨ ਹੋਏ ਆਪਣੇ? ਮਾਨ ਸਨਮਾਨ ਵੀ ਬਈ ਵਾਧੂ ਹੋ ਗਏ ਯਾਰ, ਬਹੁਤ ਪਏ ਆ ਵਾਲ ਪੇਪਰ ਘਰੇ, ਵਾਧੂ ਆ। ਵੱਡਾ ਨਹੀਂ ਕੋਈ ਸਨਮਾਨ ਆਇਆ? ਨਹੀਂ ਵੱਡਾ ਨਹੀਂ ਹੋਇਆ ਯਾਰ, ਵੱਡਾ ਬੁਲਾਇਆ ਵੀ ਆ 1-2 ਥਾਂ ਪਰ ਹੋਇਆ ਨੀਗਾ। ਇਹ ਯਾਰ ਮੈਂ ਬਹੁਤ ਸੁਣਿਆ ਵਾ, ਬੁਲਾਇਆ ਤੇ ਹੋਇਆ ਨੀ ਸਨਮਾਨ। ਉਹ
ਇਹ ਤਾਂ ਹੈ ਜੀ, ਬੰਦਾ ਆਪਦਾ ਨਾਮ ਬਣਾਉਣ ਨੂੰ ਬੁਲਾ ਤਾਂ ਦਿੰਦਾ ਬਾਅਦ 'ਚ, ਪਰ ਹੁੰਦੇ ਨਹੀਂ ਗੇ ਸਨਮਾਨ। ਕਲੇਰਾਂ ਵਾਲੇ ਪੁਰੀ ਨਾਲ ਕਰਦਾ ਸੀ ਇੰਟਰਵਿਊ, ਅਤੇ ਜਗਸੀਰ ਭਾਈ ਉਹ ਜਦੋਂ ਮੈਂ ਉਹਨੂੰ ਪੁੱਛਿਆ ਵੀ ਸਨਮਾਨ ਦਾ, ਕਹਿੰਦਾ ਯਾਰ ਬੋਲੇ ਤਾਂ ਬਹੁਤ ਜਾਣਿਆਂ ਨੇ ਪਰ ਇੱਕ ਵੀ ਨਹੀਂ ਹੋਇਆ ਕਹਿੰਦਾ। ਹਾਂਜੀ ਹਾਂਜੀ, ਇਹ ਮੇਰੇ ਨਾਲ ਵੀ ਹੋਇਆ ਵਾ, ਬੋਲੇ ਤਾਂ ਬਹੁਤ ਜਾਣਿਆਂ ਨੇ ਆ ਪਰ ਹੋਇਆ ਆਪਣਾ ਵੀ ਨਹੀਂਗਾ। ਬਾਈ ਮੇਰੀ ਬੇਨਤੀ ਆ ਪ੍ਰਮੋਟਰ ਵੀਰਾਂ ਨੂੰ, ਪ੍ਰਮੋਟਰ ਤਾਂ ਨਹੀਂ ਮੈਂ ਕਹੂੰਗਾ ਵੈਸੇ, ਪਰ ਜੇ ਯਾਰ ਤੁਸੀਂ ਯਾਰ ਮੋਟਰਸਾਈਕਲ ਲਈ ਦੇਣਾ ਮਾੜਾ ਮੋੜਾ ਕਰਦਾ ਕੋਈ ਸਨਮਾਨ, ਜੇ 3100 ਬੋਲੇ 1100 ਤਾਂ ਕਰੋ ਨਾ ਘੱਟੋ ਘੱਟ ਸਨਮਾਨ, ਇਹ ਮੇਰੀ ਜ਼ਰੂਰ ਬੇਨਤੀ ਨੋਟ ਕਰੋ। ਚਲੋ ਜਗਸੀਰ ਵੀਰੇ ਬਹੁਤ ਕੁਛ ਨਾ ਗੱਲਾਂ ਬਾਤਾਂ ਕੋਈ ਤੂੰ ਹੀ ਗਈਆਂ, ਤੂੰ ਕੁਝ ਰਹਿ ਵੀ ਗਈਆਂ ਹੋਣੀਆਂ ਮਨ ਦੇ ਵਿੱਚ, ਕਈ ਗੱਲਾਂ ਹੁੰਦੀਆਂ ਨਾ, ਅਤੇ ਮੈਸੇਜ ਕੀ ਆਪਾਂ ਦੇਣਾ ਚਾਹੁੰਦੇ ਲਾਸਟ ਦੇ? ਮੈਸੇਜ ਬਸ ਬਾਈ, ਆਪਾਂ ਤਾਂ ਇਹੀ ਕਹਿੰਦੇ ਹਾਂ ਬਈ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ, ਨਸ਼ੇ ਪੱਤੇ ਤੋਂ ਬੰਦਾ ਦੂਰ ਰਹਿੰਦਾ ਵਾ। ਠੀਕ ਆ, ਅਤੇ ਬਸ ਇੱਕ ਮੋਬਾਈਲਾਂ ਦਾ ਖੜਾ ਬਹੁਤ ਲੱਗੀ ਜਾਂਦਾ, ਮੋਬਾਈਲਾਂ ਦਾ ਹੁਣ ਜਵਾਕ ਸਾਰੇ ਜਿਹੜੇ ਨਵੇਂ ਆ ਹੁਣ ਉਹਨਾਂ ਨੂੰ ਪਤਾ ਨਹੀਂ ਹੁੰਦਾ ਖੇਡਣ ਖੁੱਡਣ ਦਾ, ਅਤੇ ਉਹ ਸਾਰੇ ਮੋਬਾਈਲਾਂ ਨਾਲ ਫਿਰ ਉਸ ਹਿਸਾਬ ਨਾਲ ਮੋਬਾਈਲਾਂ ਨਾਲ ਜੁੜ ਜਾਂਦੇ ਆ ਸਾਰੇ। ਸਹੀ ਆ ਜਸੀਰ ਵੀਰੇ, ਟਾਈਮ ਕੱਢਣ ਲਈ ਬਹੁਤ ਬਹੁਤ ਧੰਨਵਾਦ ਤੇਰਾ। ਧੰਨਵਾਦ ਵੀਰੇ ਤੁਹਾਡਾ ਵੀ ਯਾਰ, ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਸਾਨੂੰ ਵੇਖ ਰਹੇ ਆ। ਮੇਰੀ ਇੱਕ ਬੇਨਤੀ ਜ਼ਰੂਰ ਆ ਵੀਰੇ, ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰਿਆ ਕਰੋ, ਠੀਕ ਹੈ ਨਾ, ਸਾਨੂੰ ਹੌਸਲਾ ਮਿਲਦਾ, ਕਿਸੇ ਹੋਰ ਪਲੇਅਰ ਨਾਲ ਥੋੜ੍ਹੀ ਮੁਲਾਕਾਤ ਜਲਦੀ ਕਰਾਵਾਂਗੇ। ਤਦ ਤੱਕ ਲਈ ਰੱਬ ਰੱਖਾ।